जिला तरन तारण अधीन आउंदे कस्बा फतेहाबाद विखे अनपछाते व्यक्तियां वल्लों एक औरत दा कतल कर देन दा मामला सामने आया है। इस औरत दी उम्र 40 साल दे करीब दसी जा रही है। औरत दी पहचान बलविंदर कौर पत्नी सुखविंदर सिंह वासी किला मोहल्ला कस्बा फतेहाबाद वजो हुई है। मृतक दे पति सुखविंदर सिंह काला अते होर परिवारक ने जानकारी दिंदिया दस्या कि उन्हां नूं घटना संबंधी सवेरे तड़क सार पता लगा है। पति ने दस्या कि जदों ओह सवेरे उठे तां घर च देखिया कि उन्हां दी पत्नी घर विच मौजूद नहीं सी। जदों उन्हां ने घर दे पिछले पासे सुनसान जगह च देखिया तां एक सख्त हालत कमरे विच उन्हां दी पत्नी मृतक हालत विच एक तड़प ते पई हुई सी। घटना की सूचना मिलते ही SSP तरन तारण गुरमीत सिंह चौहान मौके ते पुजे। उन्हां पत्रकारां नाल गलबात करदिया दस्या कि उन्हां नूं घटना संबंधी सवेरे ही सूचना मिली सी अते पुलिस पार्टी वल्लों लाश नूं कब्जे विच लै के तफतीश कीती जा रही है। उन्हां कहा कि कतल दे कारणां दा पता पोस्टमार्टम रिपोर्ट आउण तों बाद ही लगेगा। सोनू फतेहाबाद दी खास रिपोर्ट। रात दा पता ही नहीं कित्थे उठ के गया कित्थे नहीं। मेरे डैडी ने मैनूं उठाया, डैडी कहिंदा भी मम्मी तेरी कित्थे आ, मैं हां मैनूं नहीं पता कित्थे आ। तो मम्मी उधरों, मैं मम्मी डैडी नूं आख्या भी डैडी उधरों उठ के वेख ला, मम्मी दूसरे अंदर ना होवे। उधर भी वेख्या, उधर भी नहीं आई। डैडी मैनूं आंदा फोन जगा, लाइट बेक जगाउणी आ, मैं आ गई ते आंदा उधर वेहने आ, उधर भी नहीं आ गई मम्मी। इधर जाके वेख गया मम्मी उधर लंबे पई ते मैनूं लंबे पंज क बजे लगा पता। मेरा काला ਕਿਹੜਾ ਪਿੰਡ ਹੈ ਜੀ? ਫਤਿਹਾਬਾਦ। ਕੀ ਗੱਲਬਾਤ ਹੋਈ ਜਿਹੜੀ ਤੁਹਾਡੀ ਘਰ ਵਾਲੀ ਆਏ? ਕੋਈ ਗੱਲਬਾਤ ਨਹੀਂ, ਰਾਤ ਰਾਤ 11 ਵਜੇ ਸੁੱਤੇ ਆ, ਦਿਨੇ ਉੱਠੇ ਆ, ਮੈਂ ਉੱਠ ਕੇ ਬਾਥਰੂਮ ਗਿਆ, ਬਾਥਰੂਮ ਗਾ ਕੇ ਵੇਖਿਆ। ਮੈਂ ਕੁੜੀ ਨੂੰ ਪੁੱਛਿਆ ਤੇਰੀ ਮੰਮੀ ਕਿੱਥੇ ਆ, ਉਹ ਕਹਿੰਦੀ ਮੈਨੂੰ ਨਹੀਂ ਪਤਾ ਕਿੱਥੇ, ਮੇਰੇ ਮੂੰਹ ਤੋਂ ਰਜਾਈ ਨਾ ਲਾ। ਮੈਂ ਫਿਰ ਉਹਨੂੰ ਕਿਹਾ ਪੁੱਤ ਉੱਠ ਵੇ, ਮੰਮੀ ਕਿੱਥੇ ਗਈ ਆ? ਫਿਰ ਸਾਰਿਆਂ ਅੰਦਰਾਂ 'ਚ ਵੇਖਿਆ ਵਾ, ਕਿਤੇ ਨਹੀਂ ਆਉਂਦੀ ਸੀ। ਫਿਰ ਦਿਨ ਚੜ੍ਹ ਗਿਆ ਵਾ, ਮੈਂ ਇੱਧਰ ਨੂੰ ਲਾਈਟ ਮਾਰ ਕੇ ਮੈਂ ਕਿਹਾ ਚੱਲ ਵੇਖੀਏ। ਮੈਂ ਉੱਥੇ ਸਾਹਮਣੇ ਜਾ ਕੇ ਵੇਖਿਆ, ਮੈਂ ਗੜਵੀ ਦੇ ਗਲਾਸ 'ਤੇ ਕੀ ਲੈਣ ਆਇਆ ਵਾ, ਗੜਵੀ ਗਲਾਹ ਵੇਖਿਆ ਤੇ ਅੰਦਰ ਵੇਖਿਆ ਤੇ ਇਹਦੇ ਮੂੰਹ 'ਚੋਂ ਖੂਨ ਵਗਦਾ ਪਿਆ। ਮੈਂ ਜਾ ਕੇ ਉੱਤੇ ਡੇ ਪਿਆ ਇਹਦੇ। ਕਿੰਨੇ ਕੁ ਵਜੇ ਦੀ ਘਟਨਾ ਹੈ ਇਹ? ਮੈਂ ਤਾਂ ਕੋਈ 4:30-5 ਦੇ ਤਕਰੀਬਨ ਗਿਆ ਹੋਊਗਾ, ਤੇ ਇਹਦੇ ਬਾਰੇ ਨਹੀਂ ਮੈਨੂੰ ਪਤਾ ਕਿ ਕਿੰਨੇ ਵਜੇ ਇਹ ਕੰਮ ਹੋਇਆ ਵਾ। ਕੀ ਮੰਗ ਕਰਦੇ ਜੀ? ਮੰਗ ਮਹਾਰਾਜ ਕੀ ਕਰਨੀ ਆ ਸਾਨੂੰ? ਮੇਰਾ ਘਰ ਬਰਬਾਦ ਹੋ ਗਿਆ, ਮੈਂ ਤਾਂ ਦੁਖੀ ਹੋ ਗਿਆ। ਚੰਗੇ ਭਲੇ ਆਏ ਆ, ਮੇਰੇ ਨਾਲ ਰੋਟੀ ਖਾਧੀ ਆ, ਚਾਹ ਪਰਤੀ ਪੀਤਾ ਵਾ, ਰਾਤ ਸੁੱਤੇ ਪਏ ਆ, ਕੋਈ ਗੱਲ ਬਾਤ ਨੀ ਹੋਈ। ਅਤੇ ਪੁਲਿਸ ਪਾਰਟੀ ਉਹਦੇ ਹੀ SHO ਵਗੈਰਾ ਸਾਰੇ ਇੱਥੇ ਮੌਕੇ 'ਤੇ ਆ ਗਏ। ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ, ਸਟੇਟਮੈਂਟ ਇਹਨਾਂ ਦੇ ਰਿਕਾਰਡ ਕਰ ਲਏ ਹਾਂ, ਪਰਚਾ ਦਰਜ ਕਰ ਰਹੇ ਹਾਂ, ਅਤੇ ਅੱਗੇ ਜਿਹੜੀ ਵੀ ਤਫਤੀਸ਼ ਦੇ ਵਿੱਚ ਤੱਥ ਆਉਣਗੇ ਉਹਨਾਂ 'ਚੋਂ ਫਿਰ ਲੱਭ ਲਾਂਗੇ ਬੰਦੇ ਨੂੰ। ਹਾਲੇ ਕੁਛ ਨਹੀਂ ਕਹਿ ਸਕਦੇ, ਹਾਲੇ ਫੋਰੈਂਸਿਕ ਵਾਲੇ ਆਪਦਾ ਕੰਮ ਕਰ ਰਹੇ ਆ, ਫੋਰੈਂਸਿਕ ਵਾਲਿਆਂ ਤੋਂ ਪਤਾ ਲੱਗੂਗਾ ਵੀ ਕੀ ਕੋਈ ਇੱਟ ਵੱਜੀ ਹੈ ਜਾਂ ਕੋਈ ਹੋਰ ਚੀਜ਼ ਵੱਜੀ ਹੈ, ਉਸ ਹਿਸਾਬ ਨਾਲ ਪਤਾ ਲੱਗ ਜੂਗਾ। ਜਿਹੜੇ ਪਰਿਵਾਰ ਹੈ, ਪਰਿਵਾਰ ਨੇ ਕੀ ਜਿਹੜੇ ਬਿਆਨ ਕਲਮਬੰਦ ਕਰਾਏ ਨੇ? ਉਹ ਪਿਆਰ ਪਰਿਵਾਰ ਵੱਲੋਂ ਬੇਸਿਕਲੀ ਇਹੀ ਹੈ ਵੀ ਉਹ ਸ਼ਾਮ ਨੂੰ ਆਪਣਾ ਇਹ ਕਿੰਦਰ ਕੌਰ ਇਹਦਾ ਘਰਵਾਲਾ ਅਤੇ ਇਹਦੀ ਬੇਟੀ ਜਿਹੜੀ ਹੈਗੀ ਹੈ ਆਪਣਾ ਰੋਟੀ ਪਾਣੀ ਖਾ ਕੇ ਸੌਂ ਗਏ ਸੀਗੇ, ਅਤੇ ਰਾਤੀ ਇਹ ਕੋਈ ਸਵੇਰੇ 4 ਵਜੇ ਉੱਠਿਆ ਇਹਦਾ ਘਰਵਾਲਾ, ਤਾਂ ਇਹਨੇ ਜਦੋਂ ਦੇਖਿਆ ਤਾਂ ਆਪਣੀ ਇਹਦੀ ਘਰਵਾਲੀ ਉੱਥੇ ਜਿੱਥੇ ਪਏ ਸੀਗੇ ਉੱਥੇ ਮਿਸਿੰਗ ਸੀਗੇ, ਉੱਥੇ ਨਹੀਂ ਸੀਗੇ, ਤਾਂ ਇਹਨੇ ਆਸੇ ਪਾਸੇ ਦੇਖਿਆ, ਤਾਂ ਪਿੱਛੇ ਜਾ ਕੇ ਉਹ ਜਿਹੜੀ ਹਵੇਲੀ ਆ ਉਹਦੇ 'ਚ ਇਹਨੂੰ ਦੇਖਿਆ ਵੀ ਉੱਥੇ ਪਈ ਹੈ, ਅਤੇ ਫਿਰ ਇਹਨੇ ਜਾ ਕੇ ਆਪਣੀ ਬੇਟੀ ਨੂੰ ਉਠਾਇਆ ਅਤੇ ਉਸ ਤੋਂ ਬਾਅਦ ਦੱਸਿਆ ਪੁਲਿਸ ਨੂੰ, ਇਨਫੋਰਮ ਕੀਤਾ ਪੰਚਾਇਤ ਨੂੰ। ਨਹੀਂ ਹਾਲੇ ਕੁਛ ਕਹਿਣਾ ਵਾਜਬ ਨਹੀਂ ਹੋਊਗਾ, ਮੈਡੀਕਲ ਅਤੇ ਫੋਰੈਂਸਿਕਸ ਹੋਣਗੀਆਂ ਅਤੇ ਉਸ ਤੋਂ ਬਾਅਦ ਜਿਹੜੇ ਸਬੂਤ ਇਕੱਠੇ ਕਰਕੇ ਫਿਰ ਲੱਭ ਲਾਂਗੇ ਬੰਦੇ ਨੂੰ, ਦੋਸ਼ੀ ਫੜਿਆ ਜਾਊਗਾ, ਛੇਤੀ ਫੜ ਲਾਂਗੇ।